ਮੈਂ ਆਪ ਖੁਦ ਤਾਂ ਨਹੀਂ ਦੇਖ ਸਕਿਆ, ਪਰ ਕਿ ਮੈਨੂੰ ਵੀ ਤੁਹਾਡੇ ਵਾਂਗੂ ਪਤਾ ਲੱਗਿਆ। ਮੈਨੂੰ ਲੱਗਦਾ ਵਾ ਕਿ ਜਿੱਦਾਂ ਮੈਂ ਉਦੋਂ ਉਹਦੇ ਘਰ ਕਿਹਾ ਸੀਗਾ ਕਿ ਗੋਲਡੀ ਬੇਸਿਕਲੀ ਇੱਕ ਇਮੋਸ਼ਨਲ ਵਿਅਕਤੀ ਹੈ। ਇਸ ਤਰ੍ਹਾਂ ਦੀਆਂ ਪੋਸਟਾਂ ਕਈ ਵਾਰ ਉਹਨਾਂ ਦੇ ਪਹਿਲਾਂ ਵੀ ਪੇਜਿਸ ਉੱਤੇ ਸ਼ੇਅਰ ਹੋਈਆਂ ਹੋਣਗੀਆਂ। ਬਾਕੀ ਮੈਂ ਉਹਨਾਂ ਦੇ ਨਾਲ ਇਨ ਟੱਚ ਹੈਗਾ ਵਾਂ। ਮੈਂ ਦੇਖਦਾ ਕਿ ਮੈਂ ਇਸ ਮੀਟਿੰਗ ਤੋਂ ਬਾਅਦ ਵੀ ਅਗਰ ਉਹ ਘਰ ਅਵੇਲੇਬਲ ਹੋਏ ਤਾਂ ਮੈਂ ਉੱਥੇ ਜਾਣ ਦਾ ਪ੍ਰੋਗਰਾਮ ਲਿਖਿਆ। ਫੋਨ ਵੀ ਸਵਿੱਚ ਆਫ ਆ ਰਿਹਾ ਅਤੇ ਧੂਰੀ ਦੇ ਇਸ ਪ੍ਰੋਗਰਾਮ 'ਚ ਵੀ ਉਹ ਗਿਆ ਰਿਹਾ ਜਾ। ਇਹ ਪ੍ਰੋਗਰਾਮ ਤਾਂ ਸਾਡਾ ਕੱਲ੍ਹ ਹੀ ਕੁਦਰਤੀ ਸਡਨਲੀ ਬਣਿਆ। ਔਰ ਜਿੱਦਾਂ ਤੁਸੀਂ ਕਿਹਾ ਕਿ ਫੋਨ ਉਹਨਾਂ ਦਾ ਵੀ, ਮੈਨੂੰ ਵੀ ਕੱਲ੍ਹ ਦਾ ਫੋਨ ਉਹਨਾਂ ਦਾ ਮਿਲ ਨਹੀਂ ਰਿਹਾ, ਮੈਂ ਕਦੇ ਝੂਠ ਨਹੀਂ ਬੋਲਿਆ। ਹੁਣ ਕਿਹੜੇ ਕਾਰਨਾਂ ਕਰਕੇ ਕਈ ਵਾਰੀ ਬੰਦਾ ਅਨਵੈਲ ਹੁੰਦਾ, ਕੋਈ ਘਰੇਲੂ ਹਾਲਾਤ ਹੁੰਦੇ। ਜੇ ਕੋਈ ਗੱਲ ਇਸ ਤਰ੍ਹਾਂ ਦੀ ਨੈਗੇਟਿਵ ਪੋਜ਼ਿਟਿਵ, ਉਹ ਤੁਹਾਨੂੰ ਪਤਾ ਲੱਗ ਹੀ ਜਾਣੀ ਹੈ, ਉਹ ਕਿਹੜੀ ਲੁਕੀ ਰਹਿਣੀ ਹੋਈ। ਦੇਖੋ ਗੋਲਡੀ ਨੂੰ ਕਾਂਗਰਸ ਨੇ ਬੜੇ ਸਮੇਂ ਸਿਰ MLA ਬਣਾ ਕੇ ਉਤਾਰਿਆ ਵਾ। ਹੀ ਹੈਜ਼ ਬੀਨ ਰਿਵਾਰਡਿਡ ਵੈਰੀ ਐਡੀਕੁਏਟਲੀ ਫੋਰ ਬਾਈ ਦਾ ਕਾਂਗਰਸ ਪਾਰਟੀ। ਔਰ ਉਹਨਾਂ ਦਾ ਪਿਛਲਾ ਟਰੈਕ ਰਿਕਾਰਡ ਵੀ ਬੜਾ ਪ੍ਰੋ ਕਾਂਗਰਸ ਅਤੇ ਕਾਂਗਰਸ ਪ੍ਰਤੀ ਵਫਾਦਾਰੀ ਦਾ ਰਿਹਾ ਵਾ। ਮੇਰਾ ਨਹੀਂ ਖਿਆਲ ਕਿ ਇਸ ਤਰ੍ਹਾਂ ਦੀ ਗਲਤੀ ਕਰਨਗੇ, ਇਟ ਵਿਲ ਬੀ ਅ ਬਲੰਡਰ। ਮੇਰਾ ਨਹੀਂ ਖਿਆਲ ਕਰਨਗੇ। ਮੇਰਾ ਹਲੇ ਮੇਰਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਸਵੇਰ ਦਾ, ਅੱਜ ਦਾ। ਤਾਂ ਮੇਰਾ ਅਗਰ ਇਸ ਤਰ੍ਹਾਂ ਦੀ ਕੋਈ ਗਲਤੀ ਕਰਨਗੇ ਤਾਂ ਇਹ ਬੜਾ ਵੱਡਾ ਪੋਲੀਟੀਕਲ ਬਲੰਡਰ ਹੋਵੇ। ਲੱਗਦਾ ਵੀ ਜੇ ਜਾਣਦੇ ਤਾਂ ਵੱਡਾ ਝਟਕਾ ਲੱਗੂਗਾ ਕਾਂਗਰਸ ਨੂੰ। ਇਹ ਤਾਂ ਹੁਣ ਜਦੋਂ ਜਾਣਗੇ ਫਿਰ ਹੀ ਦੱਸੂਗਾ। ਇੱਕ ਤੁਹਾਨੂੰ ਮੈਂ ਹੋਰ ਦੱਸਣਾ ਚਾਹੁੰਦਾ, ਮੇਰੀ ਗੱਲ ਧਿਆਨ ਨਾਲ ਸੁਣਿਓ। ਵਿਅਕਤੀ ਕੋਈ ਵਿਸ਼ੇਸ਼ ਨਹੀਂ ਹੈ ਸਿਸਟਮ ਦੇ ਵਿੱਚ, ਗਲਤ ਫਹਿਮੀ ਹੁੰਦੀ, ਮੈਨੂੰ ਵੀ ਆਪਣੇ ਆਪ ਬਾਰੇ ਗਲਤ ਫਹਿਮੀ ਹੋ ਸਕਦੀ ਹੈ। ਤੁਸੀਂ ਦੇਖਿਆ ਕਿੰਨੀਆਂ ਡਿਫੈਕਸ਼ਨਸ ਹੋਈਆਂ ਨੇ, ਪੱਤਾ ਵੀ ਨਹੀਂ ਹਿੱਲਿਆ ਪੰਜਾਬ ਦਾ। ਕਾਂਗਰਸ ਨੂੰ ਕਿੰਨੇ ਬੰਦੇ ਛੱਡ ਕੇ ਗਏ ਨੇ ਪਿਛਲੇ ਦਿਨਾਂ ਦੇ ਵਿੱਚ, ਔਰ ਸਾਰੇ ਜ਼ਿਆਦਾ ਵਿਅਕਤੀ BJP ਵੱਲ ਨੂੰ ਜਦ, ਅਤੇ BJP ਅੱਜ ਵੀ ਕਿਸੇ ਇੱਕ ਪਾਰਲੀਮੈਂਟ ਸੀਟ ਨੂੰ ਵਿਨਿੰਗ ਕਪੈਸਿਟੀ ਵਿੱਚ ਹੈ ਨਹੀਂ ਕਿਤੇ, ਵੋਟ ਇਜ਼ ਦਾ ਡਿਫਰੈਂਸ ਹੈ? ਅਤੇ ਤੁਸੀਂ ਇੱਡੇ ਵੱਡੇ ਬੰਦੇ ਲਿਜਾ ਕਾਹਦੇ ਰਹੇ ਹੋ ਜੇ ਤੁਸੀਂ ਇੱਕ ਪਾਰਲੀਮੈਂਟ ਸੀਟ ਵੀ ਨਹੀਂ ਜਿੱਤਣ ਦੀ ਕਪੈਸਿਟੀ ਰੱਖਦੇ। ਮੇਰਾ ਮੰਨਣਾ ਕਿ ਡਿਫੈਕਸ਼ਨ ਵਿਦਆਊਟ ਅ ਕੌਜ਼ ਜਿਹੜੀ ਹੈ ਉਹ ਬੜੀ ਇੱਕ ਮਾੜਾ ਪ੍ਰੈਸੀਡੈਂਟ ਸੈੱਟ ਕਰਦੀ। ਅੱਜ ਵਕੀਲ ਸਾਹਿਬ ਨੇ ਬੋਲਦੇ ਇੱਥੇ ਕਿਹਾ, ਕੌਸ਼ਲ ਸਾਹਿਬ ਖੜ੍ਹੇ ਨੇ, ਇਹਨਾਂ ਨੇ ਕਿਹਾ ਕਿ ਲੋਕਾਂ ਨੂੰ ਇੰਟਰਸਟ ਹੀ ਉੱਡ ਗਿਆ ਵਾ ਡੈਮੋਕ੍ਰੇਸੀ 'ਚ। ਆਹ ਜਿਹੜੇ ਪਹਿਲੇ ਦੋ ਫੇਸਾਂ ਵਿੱਚ ਪੋਲਿੰਗ ਪਰਸੈਂਟੇਜ ਬੜੀ ਲੋਅ ਹੋਈ ਹੈ, ਇਸੇ ਕਰਕੇ ਲੋਅ ਹੋ ਰਹੀ ਹੈ। ਲੋਕਾਂ ਨੂੰ ਇਸ ਸਿਸਟਮ ਦੇ ਵਿੱਚ ਯਕੀਨ ਉੱਡ ਰਿਹਾ, ਪੋਲੀਟੀਕਲ ਲੀਡਰਾਂ ਦੇ ਯਕੀਨ ਉੱਡ ਰਿਹਾ ਕਿ ਪਤਾ ਨਹੀਂ ਰਾਤ ਨੂੰ ਸੌਂਦੇ ਕਿੱਥੇ ਨੇ ਅਤੇ ਸਵੇਰੇ ਉੱਠਦੇ ਕਿੱਥੇ ਨੇ। ਔਰ ਭਗਵੰਤ ਮਾਨ ਨੇ ਸਭ ਤੋਂ ਜ਼ਿਆਦਾ ਡਿਫੈਕਸ਼ਨਸ ਪ੍ਰਮੋਟ ਕੇਜਰੀਵਾਲ ਉਹਨਾਂ ਨੇ ਕੀਤੀਆਂ, ਜਿਹੜੇ ਕਹਿੰਦੇ ਸੀ ਅਸੀਂ ਇੱਕ ਸਾਫ਼ ਸੁਥਰੀ ਅਤੇ ਕਦਰਾਂ ਕੀਮਤਾਂ ਵਾਲੀ ਰਾਜਨੀਤੀ ਕਰਾਂਗੇ। ਇਹ ਰੋਜ਼ ਦਿਹਾੜੀ ਪੋਚਿੰਗ ਕਰ ਰਹੇ ਨੇ। ਇਹਨਾਂ ਦੇ ਪਾਰਲੀਮੈਂਟ ਵਿੱਚ 3 ਤਿਤਲੀਆਂ ਨੇ ਹੁਣ, ਜਿਹੜੀ ਜਲੰਧਰ ਵਾਲਾ ਰਿੰਕੂ ਪਹਿਲਾਂ ਪੱਟ ਕੇ ਲੈ ਕੇ ਆਇਆ ਸੀ ਕਾਂਗਰਸ ਤੋਂ, ਉਹ ਤਾਂ ਚਲੇਗਾ ਕਮਲ ਦੇ ਫੁੱਲ 'ਤੇ। ਅਕਾਲੀਆਂ ਦੀ ਤਿਤਲੀ ਲੈਂਦੀ, ਦੋ ਕਾਂਗਰਸ ਦੀ ਤਿਤਲੀਆਂ ਲੈ ਆਇਆ। ਜਿਹੜੀ ਪਾਰਟੀ ਕੋਲ 13 ਬੰਦੇ ਹੈ ਨਹੀਂ ਆਪਣੀ ਪਾਰਟੀ ਦੇ ਤਿਆਰ ਕਰਨ ਵਾਸਤੇ, 2014 ਤੋਂ ਚੱਲੀ ਪਾਰਟੀ, 10 ਸਾਲ 'ਚ ਜਿਹੜੇ ਆਦਮੀ ਜਿਹੜੇ ਵਿਅਕਤੀਆਂ ਕੋਲ ਪਾਰਲੀਮੈਂਟ ਦੇ 13 ਬੰਦੇ ਨਹੀਂ ਗਏ, ਵਾਟ ਐਲਸ ਡੂ ਯੂ ਐਕਸਪੈਕਟ ਫਰੋਮ ਸੱਚ ਅ ਪਾਰਟੀ? ਹਾਊ ਕੈਨ ਦੇ ਵਿਨ 13 ਸੀਟਸ ਇਫ ਦੇ ਡੂ ਨਾਟ ਹੈਵ 13 ਯੂ ਨੋ ਕੇਪੇਬਲ ਕੈਂਡੀਡੇਟਸ? ਮੈਂ ਹਾਲੇ ਇਸ 'ਤੇ ਕੋਈ ਟਿੱਪਣੀ ਨਹੀਂ ਕਰਦਾ ਜਦ ਤੱਕ ਮੇਰੇ ਕੋਲ ਕੋਈ ਪ੍ਰੋਪਰ ਠੋਸ ਇਨਪੁੱਟ ਨਹੀਂ ਆਉਂਦੇ। ਜਦੋਂ ਆਵੇਗੀ ਤੁਹਾਨੂੰ ਪ੍ਰੋਪਰ ਬਣਦਾ ਜੋ ਸਹੀ ਰਿਐਕਸ਼ਨ ਹੋਊਗਾ ਮੈਂ ਦਊਂਗਾ। ਮੈਂ ਆਪ ਖੁਦ ਤਾਂ ਨਹੀਂ ਦੇਖ ਸਕਿਆ, ਪਰ ਕਿ ਮੈਨੂੰ ਵੀ ਤੁਹਾਡੇ ਵਾਂਗੂ ਪਤਾ ਲੱਗਿਆ। ਮੈਨੂੰ ਲੱਗਦਾ ਵਾ ਕਿ ਜਿੱਦਾਂ ਮੈਂ ਉਦੋਂ ਉਹਦੇ ਘਰ ਕਿਹਾ ਸੀਗਾ ਕਿ ਗੋਲਡੀ ਬੇਸਿਕਲੀ ਇੱਕ ਇਮੋਸ਼ਨਲ ਵਿਅਕਤੀ ਹੈ। ਇਸ ਤਰ੍ਹਾਂ ਦੀਆਂ ਪੋਸਟਾਂ ਕਈ ਵਾਰ ਉਹਨਾਂ ਦੇ ਪਹਿਲਾਂ ਵੀ ਪੇਜਿਸ ਉੱਤੇ ਸ਼ੇਅਰ ਹੋਈਆਂ ਹੋਣਗੀਆਂ। ਬਾਕੀ ਮੈਂ ਉਹਨਾਂ ਦੇ ਨਾਲ ਇਨ ਟੱਚ ਹੈਗਾ ਵਾਂ। ਮੈਂ ਦੇਖਦਾ ਕਿ ਮੈਂ ਇਸ ਮੀਟਿੰਗ ਤੋਂ ਬਾਅਦ ਵੀ ਅਗਰ ਉਹ ਘਰ ਅਵੇਲੇਬਲ ਹੋਏ ਤਾਂ ਮੈਂ ਉੱਥੇ ਜਾਣ ਦਾ ਪ੍ਰੋਗਰਾਮ ਲਿਖਿਆ। ਫੋਨ ਵੀ ਸਵਿੱਚ ਆਫ ਆ ਰਿਹਾ ਅਤੇ ਧੂਰੀ ਦੇ ਇਸ ਪ੍ਰੋਗਰਾਮ 'ਚ ਵੀ ਉਹ ਗਿਆ ਰਿਹਾ ਜਾ। ਇਹ ਪ੍ਰੋਗਰਾਮ ਤਾਂ ਸਾਡਾ ਕੱਲ੍ਹ ਹੀ ਕੁਦਰਤੀ ਸਡਨਲੀ ਬਣਿਆ। ਔਰ ਜਿੱਦਾਂ ਤੁਸੀਂ ਕਿਹਾ ਕਿ ਫੋਨ ਉਹਨਾਂ ਦਾ ਵੀ, ਮੈਨੂੰ ਵੀ ਕੱਲ੍ਹ ਦਾ ਫੋਨ ਉਹਨਾਂ ਦਾ ਮਿਲ ਨਹੀਂ ਰਿਹਾ, ਮੈਂ ਕਦੇ ਝੂਠ ਨਹੀਂ ਬੋਲਿਆ। ਹੁਣ ਕਿਹੜੇ ਕਾਰਨਾਂ ਕਰਕੇ ਕਈ ਵਾਰੀ ਬੰਦਾ ਅਨਵੈਲ ਹੁੰਦਾ, ਕੋਈ ਘਰੇਲੂ ਹਾਲਾਤ ਹੁੰਦੇ। ਜੇ ਕੋਈ ਗੱਲ ਇਸ ਤਰ੍ਹਾਂ ਦੀ ਨੈਗੇਟਿਵ ਪੋਜ਼ਿਟਿਵ, ਉਹ ਤੁਹਾਨੂੰ ਪਤਾ ਲੱਗ ਹੀ ਜਾਣੀ ਹੈ, ਉਹ ਕਿਹੜੀ ਲੁਕੀ ਰਹਿਣੀ ਹੋਈ। ਦੇਖੋ ਗੋਲਡੀ ਨੂੰ ਕਾਂਗਰਸ ਨੇ ਬੜੇ ਸਮੇਂ ਸਿਰ MLA ਬਣਾ ਕੇ ਉਤਾਰਿਆ ਵਾ। ਹੀ ਹੈਜ਼ ਬੀਨ ਰਿਵਾਰਡਿਡ ਵੈਰੀ ਐਡੀਕੁਏਟਲੀ ਫੋਰ ਬਾਈ ਦਾ ਕਾਂਗਰਸ ਪਾਰਟੀ। ਔਰ ਉਹਨਾਂ ਦਾ ਪਿਛਲਾ ਟਰੈਕ ਰਿਕਾਰਡ ਵੀ ਬੜਾ ਪ੍ਰੋ ਕਾਂਗਰਸ ਅਤੇ ਕਾਂਗਰਸ ਪ੍ਰਤੀ ਵਫਾਦਾਰੀ ਦਾ ਰਿਹਾ ਵਾ। ਮੇਰਾ ਨਹੀਂ ਖਿਆਲ ਕਿ ਇਸ ਤਰ੍ਹਾਂ ਦੀ ਗਲਤੀ ਕਰਨਗੇ, ਇਟ ਵਿਲ ਬੀ ਅ ਬਲੰਡਰ। ਮੇਰਾ ਨਹੀਂ ਖਿਆਲ ਕਰਨਗੇ। ਮੈਂ ਹਾਲੇ ਮੇਰਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਸਵੇਰ ਦਾ, ਅੱਜ ਦਾ।
ਤਾਂ ਮੇਰਾ ਅਗਰ ਇਸ ਤਰ੍ਹਾਂ ਦੀ ਕੋਈ ਗਲਤੀ ਕਰਨਗੇ ਤਾਂ ਇਹ ਬੜਾ ਵੱਡਾ ਪੋਲੀਟੀਕਲ ਬਲੰਡਰ ਹੋਵੇ ਲੱਗਦਾ ਵੀ ਜੇ ਜਾਣਦੇ ਨੇ ਤਾਂ ਵੱਡਾ ਝਟਕਾ ਲੱਗੂਗਾ ਕਾਂਗਰਸ ਇਹ ਤਾਂ ਹੁਣ ਜਦੋਂ ਜਾਣਗੇ ਫਿਰ ਹੀ ਦੱਸੂਗਾ ਇੱਕ ਤੁਹਾਨੂੰ ਮੈਂ ਹੋਰ ਦੱਸਣਾ ਚਾਹੁੰਦਾ ਮੇਰੀ ਗੱਲ ਧਿਆਨ ਨਾਲ ਸੁਣਿਓ ਵਿਅਕਤੀ ਕੋਈ ਵਿਸ਼ੇਸ਼ ਨਹੀਂ ਹੈ ਸਿਸਟਮ ਦੇ ਵਿੱਚ ਗਲਤ ਫਹਿਮੀ ਹੁੰਦੀ ਮੈਨੂੰ ਵੀ ਆਪਣੇ ਆਪ ਬਾਰੇ ਗਲਤ ਫਹਿਮੀ ਹੋ ਸਕਦੀ ਹੈ ਤੁਸੀਂ ਦੇਖਿਆ ਕਿੰਨੀਆਂ ਡਿਫੈਕਸ਼ਨਸ ਹੋਈਆਂ ਨੇ ਪੱਤਾ ਵੀ ਨਹੀਂ ਹਿੱਲਿਆ ਪੰਜਾਬ ਦਾ ਕਾਂਗਰਸ ਨੂੰ ਕਿੰਨੇ ਬੰਦੇ ਛੱਡ ਕੇ ਗਏ ਨੇ ਪਿਛਲੇ ਦਿਨਾਂ ਦੇ ਵਿੱਚ ਔਰ ਸਾਰੇ ਜ਼ਿਆਦਾ ਵਿਅਕਤੀ ਬੀਜੇਪੀ ਵੱਲ ਨੂੰ ਜਦ ਅਤੇ ਬੀਜੇਪੀ ਅੱਜ ਵੀ ਕਿਸੇ ਇੱਕ ਪਾਰਲੀਮੈਂਟ ਸੀਟ ਨੂੰ ਵਿਨਿੰਗ ਕਪੈਸਿਟੀ ਵਿੱਚ ਹੈ ਨਹੀਂ ਕਿਤੇ ਵੋਟ ਇਜ਼ ਦਾ ਡਿਫਰੈਂਸ ਦੈਨ ਅਤੇ ਤੁਸੀਂ ਇੱਡੇ ਵੱਡੇ ਬੰਦੇ ਲਿਜਾ ਕਾਹਦੇ ਰਹੇ ਹੋ ਜੇ ਤੁਸੀਂ ਇੱਕ ਪਾਰਲੀਮੈਂਟ ਸੀਟ ਵੀ ਨਹੀਂ ਜਿੱਤਣ ਦੀ ਕਪੈਸਿਟੀ ਰੱਖਦੇ ਮੇਰਾ ਮੰਨਣਾ ਕਿ ਡਿਫੈਕਸ਼ਨ ਵਿਦਆਊਟ ਅ ਕੌਜ਼ ਜਿਹੜੀ ਹੈ ਉਹ ਬੜੀ ਇੱਕ ਮਾੜਾ ਪ੍ਰੈਸੀਡੈਂਟ ਸੈੱਟ ਕਰਦੀ ਅੱਜ ਵਕੀਲ ਸਾਹਿਬ ਨੇ ਬੋਲਦੇ ਇੱਥੇ ਕਿਹਾ ਕੌਸ਼ਲ ਸਾਹਿਬ ਖੜ੍ਹੇ ਨੇ ਇਹਨਾਂ ਨੇ ਕਿਹਾ ਕਿ ਲੋਕਾਂ ਨੂੰ ਇੰਟਰਸਟ ਹੀ ਉੱਡ ਗਿਆ ਵਾ ਡੈਮੋਕ੍ਰੇਸੀ 'ਚ ਆਹ ਜਿਹੜੇ ਪਹਿਲੇ ਦੋ ਫੇਸਾਂ ਵਿੱਚ ਪੋਲਿੰਗ ਪਰਸੈਂਟੇਜ ਬੜੀ ਲੋਅ ਹੋਈ ਹੈ ਇਸੇ ਕਰਕੇ ਲੋਅ ਹੋ ਰਹੀ ਹੈ ਲੋਕਾਂ ਨੂੰ ਇਸ ਸਿਸਟਮ ਦੇ ਵਿੱਚ ਯਕੀਨ ਉੱਡ ਰਿਹਾ ਪੋਲੀਟੀਕਲ ਲੀਡਰਾਂ ਦੇ ਯਕੀਨ ਉੱਡ ਰਿਹਾ ਕਿ ਪਤਾ ਨਹੀਂ ਰਾਤ ਨੂੰ ਸੌਂਦੇ ਕਿੱਥੇ ਨੇ ਅਤੇ ਸਵੇਰੇ ਉੱਠਦੇ ਕਿੱਥੇ ਨੇ ਔਰ ਭਗਵੰਤ ਮਾਨ ਨੇ ਸਭ ਤੋਂ ਜ਼ਿਆਦਾ ਡਿਫੈਕਸ਼ਨਸ ਪ੍ਰਮੋਟ ਕੇਜਰੀਵਾਲ ਉਹਨਾਂ ਨੇ ਕੀਤੇ ਜਿਹੜੇ ਕਹਿੰਦੇ ਸੀ ਅਸੀਂ ਇੱਕ ਸਾਫ਼ ਸੁਥਰੀ ਅਤੇ ਕਦਰਾਂ ਕੀਮਤਾਂ ਵਾਲੀ ਰਾਜਨੀਤੀ ਕਰਾਂਗੇ ਇਹ ਰੋਜ਼ ਦਿਹਾੜੀ ਪੋਚਿੰਗ ਕਰ ਰਹੇ ਨੇ ਇਹਨਾਂ ਦੇ ਪਾਰਲੀਮੈਂਟ ਵਿੱਚ ਤਿੰਨ ਤਿਤਲੀਆਂ ਨੇ ਹੁਣ ਜਿਹੜੀ ਜਲੰਧਰ ਵਾਲਾ ਰਿੰਕੂ ਪਹਿਲਾਂ ਪੱਟ ਕੇ ਲੈ ਕੇ ਆਇਆ ਸੀ ਕਾਂਗਰਸ ਤੋਂ ਉਹ ਤਾਂ ਚਲੇਗਾ ਕਮਲ ਦੇ ਫੁੱਲ 'ਤੇ ਅਕਾਲੀਆਂ ਦੀ ਤਿਤਲੀ ਲੈਂਦੀ ਦੋ ਕਾਂਗਰਸ ਦੀ ਤਿਤਲੀਆਂ ਲੈ ਆਇਆ ਜਿਹੜੀ ਪਾਰਟੀ ਕੋਲ 13 ਬੰਦੇ ਹੈ ਨਹੀਂ ਆਪਣੀ ਪਾਰਟੀ ਦੇ ਤਿਆਰ ਕਰਨ ਵਾਸਤੇ 2014 ਤੋਂ ਚੱਲੀ ਪਾਰਟੀ 10 ਸਾਲ 'ਚ ਜਿਹੜੇ ਆਦਮੀ ਜਿਹੜੇ ਵਿਅਕਤੀਆਂ ਕੋਲ ਪਾਰਲੀਮੈਂਟ ਦੇ 13 ਬੰਦੇ ਨਹੀਂ ਗਏ ਵਾਟ ਐਲਸ ਡੂ ਯੂ ਐਕਸਪੈਕਟ ਫਰੋਮ ਸੱਚ ਅ ਪਾਰਟੀ ਹਾਊ ਕੈਨ ਦੇ ਵਿਨ 13 ਸੀਟਸ ਇਫ ਦੇ ਡੂ ਨਾਟ ਹੈਵ 13 ਯੂ ਨੋ ਕੇਪੇਬਲ ਕੈਂਡੀਡੇਟਸ ਮੈਂ ਹਾਲੇ ਇਸ 'ਤੇ ਕੋਈ ਟਿੱਪਣੀ ਨਹੀਂ ਕਰਦਾ ਜਦ ਤੱਕ ਮੇਰੇ ਕੋਲ ਕੋਈ ਪ੍ਰੋਪਰ ਠੋਸ ਇਨਪੁੱਟ ਨਹੀਂ ਆਉਂਦੇ ਜਦੋਂ ਆਵੇਗੀ ਤੁਹਾਨੂੰ ਪ੍ਰੋਪਰ ਬਣਦਾ ਜੋ ਸਹੀ ਰਿਐਕਸ਼ਨ ਹੋਊਗਾ ਮੈਂ ਦਊਂਗਾ